ਆਹ ਕਿਹੜੇ ਜਾਨਵਰ ਨੇ ਦੱਸੋ ਸਾਰੇ ਪਤਾ ਨਹੀਂ ਕਿੱਥੋਂ ਆਏ ਨੇ ਗਾਇ ਨਾਮ ਪਤਾ ਕਿਸੇ ਨੂੰ ਇਹਨਾਂ ਦਾ ਕਿਉਂਕਿ ਮੈਂ ਤਾਂ ਪਹਿਲੀ ਵਾਰ ਦੇਖੇ ਵਾਲੇ ਦੇਖੋ ਇਹ ਹੁਣ ਤੁਹਾਨੂੰ ਦਿਖ ਰਿਹਾ ਹੋਊਗਾ ਸਾਫ ਬਿਲਕੁਲ ਇੱਧਰ ਨੂੰ ਹੀ ਆ ਰਹੇ ਨੇ ਤਿੰਨ ਨੇ ਟੋਟਲ ਹਾਏ ਗਾਇ ਗੁੱਡ ਮੋਰਨਿੰਗ ਵੈਲਕਮ ਬੈਕ ਟੂ ਮਾਈ ਚੈਨਲ ਕਿੱਦਾਂ ਸਾਰੇ ਕੀ ਹਾਲ ਚਾਲ ਤੇ ਗਰਾਊਂਡ 'ਚ ਪਹੁੰਚ ਚੁੱਕੇ ਹਾਂ ਅੱਜ ਥੋੜ੍ਹਾ ਲੇਟ ਹੋ ਗਿਆ ਮੈਂ 10:15 ਹੋ ਗਏ ਨੇ ਅਤੇ ਗਾਇ ਅੱਜ ਆਪਾਂ ਵਰਕਆਊਟ ਸ਼ੁਰੂਆਤ ਕਰਾਂਗੇ ਜੰਗਲੀ ਜਾਨਵਰਾਂ ਨਾਲ ਤੁਹਾਨੂੰ ਦਿਖਾਉਣ ਲੱਗੇ ਦੇਖੋ ਆਹ ਦੇਖੋ ਗਾਇਸ ਪਹਿਲਾਂ ਮੈਨੂੰ ਸੜਕ 'ਤੇ ਮਿਲੇ ਸੀਗੇ ਮੈਂ ਉਹ ਵੀ ਵੀਡੀਓ ਪਾਉਂਦਾ ਤੁਹਾਨੂੰ ਦੇਖ ਲਿਓ ਨਾਲ ਹੀ ਅਤੇ ਉੱਧਰੋਂ ਮਤਲਬ ਉੱਧਰੋਂ ਆਏ ਨੇ ਇਹ ਕਾਫੀ ਉੱਧਰੋਂ ਚੱਲ ਕੇ ਆਏ ਨੇ ਇੱਧਰ ਪੂਰਾ ਘੁੰਮ ਕੇ ਆ ਕੇ ਇੱਧਰ ਹੁਣ ਇੱਥੇ ਗਰਾਊਂਡ ਦੇ ਵਾਲੇ ਪਾਸੇ ਖੜ੍ਹੇ ਨੇ ਇੱਕ ਅੱਗੇ ਵਾਲਾ ਚੱਲਦਾ ਫਿਰ ਹੀ ਦੋਨੇ ਚੱਲਦੇ ਨੇ ਉਹ ਤਿੰਨ ਜਣੇ ਨੇ ਟੋਟਲ ਸੋ ਹਾਏ ਗਾਇਜ਼ ਕਿੱਦਾਂ ਸਾਰੇ ਕੀ ਹਾਲ ਚਾਲ ਤੇ ਗਾਇਜ਼ ਮੈਂ ਇੱਕ ਅਨਾਊਂਸਮੈਂਟ ਕਰਨ ਲੱਗਿਆ ਆਪਣੇ ਨਾਲ ਅਤੇ ਕਿ ਮੈਂ ਆਪਣੇ ਵੀਡੀਓਜ਼ ਦਾ ਫੋਰਮੈਟ ਚੇਂਜ ਕਰਨ ਲੱਗਿਆ ਬਿਲਕੁਲ ਹੀ ਹੁਣ ਮੈਂ ਡੇਲੀ ਨਹੀਂ ਹੁਣ ਮੈਂ ਵੀਕਲੀ ਵੀਡੀਓ ਪਾਇਆ ਕਰੂੰਗਾ ਕਿਉਂਕਿ ਡੇਲੀ ਮੈਂ ਵੀਡੀਓ ਇਸ ਲਈ ਬੰਦ ਕਰ ਰਿਹਾ ਪਾਣੀ ਕਿਉਂਕਿ ਮੈਂ ਆਪਣੀ ਵੀਡੀਓ ਖੁਦ ਦੇਖ ਰਿਹਾ ਸੀ ਇੱਕ ਦਿਨ ਅਤੇ ਮੈਨੂੰ ਐਂ ਲੱਗ ਰਿਹਾ ਕਿ ਮੈਂ ਸੇਮ ਹੀ ਡੇਲੀ ਪਾ ਰਿਹਾ ਕਿਉਂਕਿ ਮੇਰੀ ਰੂਟੀਨ ਹੀ ਉਹੀ ਹੈ ਕਿਉਂਕਿ ਮੈਂ ਕੰਮ 'ਤੇ ਜਾਣਾ ਹੁੰਦਾ ਕਿਉਂਕਿ ਹਫ਼ਤੇ 'ਚ ਮੇਰੇ ਇੱਕ ਜਾਂ ਦੋ ਦਿਨ ਔਫ ਹੁੰਦੇ ਨੇ ਅਤੇ ਉਸ ਦਿਨ ਹੀ ਮੈਂ ਕੁਛ ਡਿਫਰੈਂਟ ਪਾ ਸਕਦਾ ਹੈ ਅਤੇ ਬਾਕੀ ਮੈਨੂੰ ਸਾਰਾ ਦਿਨ ਉੱਥੇ ਸਟੋਰ 'ਚ ਰਹਿਣਾ ਹੁੰਦਾ ਹੈ ਅਤੇ ਡੇਲੀ ਰੂਟੀਨ ਮੋਰਨਿੰਗ ਵਰਕਆਊਟ ਕਰਨਾ ਘਰ ਜਾਣਾ ਕੰਮ 'ਤੇ ਜਾਣਾ ਅਤੇ ਜਿੱਦਣ ਔਫ ਹੁੰਦਾ ਉਦਣ ਹਫ਼ਤੇ 'ਚ ਮਤਲਬ ਇੱਕ ਦੋ ਵਲੋਗ ਤੁਸੀਂ ਦੇਖਦੇ ਹੋ ਕਿ ਅਲੱਗ ਆਉਂਦੇ ਆ ਕਿਤੇ ਨਾ ਕਿਤੇ ਜਾਂਦਾ ਹੁੰਦਾ ਘੁੰਮਣ ਅਤੇ ਜਾਂ ਪਿੱਛੇ ਕਸੌਲੀ ਗਿਆ ਸੀ ਜਦੋਂ ਛੁੱਟੀਆਂ ਸੀਗੀਆਂ ਮੇਰੀਆਂ ਅਤੇ ਤਾਂ ਕਰਕੇ ਮੈਂ ਵੀਡੀਓ ਫੋਰਮੈਟ ਚੇਂਜ ਕਰਨ ਲੱਗਿਆ ਵੀ ਕੁਆਂਟਿਟੀ ਨਹੀਂ ਹੁਣ ਮੈਂ ਕੁਆਲਿਟੀ 'ਤੇ ਵਰਕ ਕਰਨ ਦੀ ਕੋਸ਼ਿਸ਼ ਕਰੂੰਗਾ ਅਤੇ ਜਿਹੜਾ ਆਪਣਾ ਵਰਕਆਊਟ ਚੱਲਿਆ 100 ਡੇ ਵਾਲਾ ਇਹ ਵਾਲਾ ਮੈਂ ਸ਼ਾਰਟਸ ਵਿੱਚ ਕੰਟੀਨਿਊ ਕਰੂੰਗਾ ਹੁਣ ਅਤੇ ਜਿਹਨੇ ਜਿਹਨੇ ਮੇਰਾ ਇਹ ਵਾਲਾ ਵਰਕਆਊਟ ਦੇਖਣਾ ਤਾਂ ਕੱਲ੍ਹ ਤੋਂ ਇਹਦੇ ਸ਼ਾਰਟਸ ਆਇਆ ਕਰਨਗੇ ਜਿੱਦਾਂ ਅੱਜ ਕਿਹੜਾ ਦਿਨ ਆਪਣਾ 44 ਜਾਂ 40 ਸਮਥਿੰਗ ਇੰਨਾ ਵਾ ਅਤੇ ਫਿਰ ਮਤਲਬ ਕੱਲ੍ਹ ਤੋਂ ਅਗਲਾ ਦਿਨ ਕੰਟੀਨਿਊ ਹੋਊਗਾ ਉਹ ਵਾਲੇ ਮੈਂ ਸ਼ਾਰਟਸ 'ਤੇ ਆਪਣਾ 100 ਬਿਲਕੁਲ ਕੰਪਲੀਟ ਕਰੂੰਗਾ ਅਤੇ ਬਸ ਆਹੀ ਮੈਨੂੰ ਤੁਹਾਡਾ ਸਪੋਰਟ ਚਾਹੀਦਾ ਅਤੇ ਬਾਕੀ ਕੋਈ ਵੀ ਸੁਜੈਸ਼ਨ ਹੋਵੇ ਤਾਂ ਕਮੈਂਟ ਕਰਿਓ ਨੀਚੇ ਬਿਲਕੁਲ ਅਤੇ ਆਪਾਂ ਹੁਣ ਤੋਂ ਵੀਕ ਵਿੱਚ ਇੱਕ ਜਾਂ ਦੋ ਵੀਡੀਓ ਜ਼ਰੂਰ ਪਾਇਆ ਕਰਾਂਗੇ ਜਦੋਂ ਮੇਰਾ ਔਫ ਹੋਊਗਾ ਮਤਲਬ ਉਹ ਤੋਂ ਅਗਲੇ ਦਿਨ ਤੁਹਾਨੂੰ ਵੀਡੀਓ ਮਿਲ ਜਾ ਕਰੂਗੀ ਚੈਨਲ 'ਤੇ ਅਤੇ ਬਾਕੀ ਆਪਣੇ ਵਰਕਆਊਟ ਵਾਲਾ 100 ਡੇਜ਼ ਦਾ ਚੈਲੇਂਜ ਮੈਂ ਜ਼ਰੂਰ ਕੰਪਲੀਟ ਕਰੂੰਗਾ ਅਤੇ ਇਹ ਵਾਲਾ ਮੈਂ ਸ਼ਾਰਟਸ 'ਤੇ ਪਾਊਂਗਾ ਠੀਕ ਹੈ ਅਤੇ ਅਪਡੇਟ ਮਤਲਬ ਦੇਖਦੇ ਰਿਹਾ ਕਰੋ ਉਹ ਨੋਟੀਫਿਕੇਸ਼ਨ ਬੈਲ ਔਨ ਕਰ ਲਿਓ ਤੁਹਾਨੂੰ ਜਦੋਂ ਵੀ ਸ਼ਾਰਟਸ ਆਇਆ ਕਰੋ ਨਾ ਉਹਦਾ ਨੋਟੀਫਿਕੇਸ਼ਨ ਆ ਜਾ ਕਰੂਗਾ ਓਕੇ ਚਲੋ ਹੁਣ ਆਪਣਾ ਵਰਕਆਊਟ ਕਰਦੇ ਹਾਂ ਸਟਾਰਟ ਫਾਈਨਲੀ ਆਪਾਂ ਅਤੇ ਲੈਸ ਚਲੋ ਪਹਿਲਾਂ ਰਨਿੰਗ ਕਰਦੇ ਹਾਂ ਫਿਰ ਆਪਾਂ ਪੁਸ਼ਅਪ ਵਗੈਰਾ ਲਾਉਂਦੇ ਹਾਂ ਓਕੇ ਆਪਣਾ ਵਰਕਆਊਟ ਡਨ ਹੋ ਗਿਆ ਅਤੇ ਰਨਿੰਗ ਵਗੈਰਾ ਆਪਾਂ ਲਾ ਲਈ ਸੀਗੀ ਅਤੇ ਲੈਸਕੋ ਚੱਲਦੇ ਹਾਂ 11 ਵਜਣ ਵਾਲੇ ਨੇ ਅਤੇ ਅੱਜ ਥੋੜ੍ਹਾ ਵੈਸੇ ਲੇਟ ਹੀ ਆਇਆ ਸੀਗਾ ਮੈਂ ਧੁੱਪ ਹੋ ਗਈ ਹੈ ਕਾਫੀ ਜ਼ਿਆਦਾ ਅੱਜ ਅਤੇ ਚਲੋ ਓਕੇ ਗਾਈਸ ਅਤੇ ਆਪਾਂ ਫਿਰ ਮਿਲਦੇ ਹਾਂ ਹੁਣ ਘਰ ਜਾ ਕੇ ਸਿੱਧਾ ਵੈਸੇ ਅੱਜ ਆਏ ਵਾਲਾ ਲੌਂਗ ਮੇਰਾ ਡੇਲੀ ਵਾਲਾ ਲਾਸਟ ਵਲੋਗ ਹੈ ਅਤੇ ਬਾਕੀ ਵੀਕ ਵਿੱਚ ਤੁਹਾਨੂੰ ਅਪਡੇਟ ਮਤਲਬ ਮਿਲਦੇ ਰਿਹਾ ਕਰਨਗੇ ਇੱਕ ਜਾਂ ਦੋ ਵਲੋਗ ਜਿਹੜੇ ਪਾਇਆ ਕਰੂੰਗਾ ਮੇਰਾ ਡੇਲੀ ਰੂਟੀਨ ਵਾਲਾ ਵਲੋਗ ਮੇਰਾ ਅੱਜ ਲਾਸਟ ਹੀ ਹੈ ਅਤੇ ਬਾਕੀ ਕੱਲ੍ਹ ਤੋਂ ਸ਼ਾਰਟਸ ਆਇਆ ਕਰਨਗੇ ਅਤੇ ਉਹ 'ਤੇ ਮਤਲਬ ਅਪਡੇਟ ਰੱਖਿਓ ਆਪਣੇ ਆਪ ਨੂੰ ਅਤੇ ਉਹ ਚੈੱਕ ਕਰਦੇ ਆ ਬੈਲ ਉਹ ਕਰ ਲਿਓ ਨੋਟੀਫਿਕੇਸ਼ਨ ਔਨ ਕਰ ਲਿਓ ਬੈਲ ਆਈਕਨ ਦੱਬ ਦਿਓ ਅਤੇ ਤੁਹਾਨੂੰ ਨੋਟੀਫਿਕੇਸ਼ਨ ਆ ਜਾ ਕਰੂਗੀ ਡੇਲੀ ਹਾਂਜੀ ਜੇ ਘਰ ਆ ਗਿਆ ਮੈਂ ਫਰੈਸ਼ ਹੋ ਗਿਆ ਅਤੇ ਹੁਣ ਮੈਂ ਖਾਣ ਲੱਗਿਆ ਮੈਗੀ ਬਣਾ ਕੇ ਅਤੇ ਬਸ ਥੋੜ੍ਹੀ ਦੇਰ ਬਾਅਦ ਫਿਰ ਆਪਾਂ ਉੱਠ ਕੇ ਰੈਡੀ ਹੁੰਦੇ ਹਾਂ ਫਿਰ ਚੱਲਦੇ ਆਪਾਂ ਲੁਧਿਆਣੇ ਕੰਮ 'ਤੇ ਕੀ ਕਰ ਰਹੇ ਬੈਠ ਉੱਥੇ ਹਾਂਜੀ ਰੈਡੀ ਹੋ ਚੁੱਕਾ ਜਾਣ ਜਾਣ ਲਈ 12:30 ਹੋ ਗਏ ਨੇ ਅਤੇ ਲੈਸਕੋ ਚੱਲਦੇ ਹਾਂ ਲੁਧਿਆਣੇ ਪਹੁੰਚ ਗਏ ਲੈਸਕੋ ਚੱਲਦੇ ਹਾਂ ਉੱਤੇ
ਗਾਈ ਆ ਦੱਸੋ ਕੀ ਚੀਜ਼ ਆ ਇਹ ਫਲ ਹੈ ਸਬਜ਼ੀ ਹੈ ਦੱਸੋ ਆ ਮੁੰਡੇ ਨੇ ਖਾਣਾ ਹੈ ਆ ਦੇਖੋ ਪਿੱਛੇ ਕੀ ਕੁਛ ਪਿਆ ਪ੍ਰੋਟੀ ਇਹ ਪ੍ਰੋਟੀਨ ਆ ਇਹ ਤਾਂ ਖਾਲੀ ਆ ਥੋੜਾ ਜਿਹਾ ਹੀ ਆ ਇੱਥੇ अच्छा रोल भी है रैप पनीर रैप चलो खाइए आप चल आओ भाई सब तो बेस्ट बर्गर बर्गर ही मेरा गई ऑफ हो चुके अपना लिफ्ट आ गई ऑटोमेटिक पता नहीं कितना रुक जा रुक गई रुक गई रुक गई ਮੈਂ ਜਾਣਾ ਨੀਚੇ ਮਾਈਨਸ ਵਨ 'ਚ ਲੈਸਕੋ ਪਤਾ ਨਹੀਂ ਕਿੱਦਾਂ ਆ ਗਈ ਆਪਣੇ ਆਪ ਹੀ ਆ ਗਈ ਅੱਜ ਲੈਸਕੋ ਚੱਲਦਾ ਨੀਚੇ ਮਿਲਦਾ ਜਾ ਕੇ ਆਪਣਾ ਬਾਈਕ ਖੜਾਇਆ ਸੀ ਆਪਾਂ ਇੱਧਰ ਕਿੱਥੇ ਖੜਾਇਆ ਸੀ ਲੈਸਕੋ ਇਹ ਨਿਕਲਦੇ ਪਿੰਡ ਲਈ ਸਿੱਧਾ ਪਿੰਡ ਜਾ ਕੇ ਮਿਲਦਾ ਤੁਹਾਨੂੰ ਮੈਂ ਚੱਕਦੇ ਹਾਂ ਬਾਈਕ ਆਪਣਾ